ਬੀਤੇ ਦਿਨੀ ਰੋਜ਼ਾਨਾ ਚੜ੍ਹਦੀ ਕਲਾ ਦੇ ਮੁੱਖ ਸੰਪਾਦਕ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਦਰਦੀ ਦੇ ਨਾਲ ਭਾਰਤ ਦੇ ਇਤਿਹਾਸਿਕ ਸ਼ਹਿਰ ਕੋਲਕਾਤਾ ਦਾ ਦੌਰਾ ਕੀਤਾ। ਇੱਥੇ ਪਹੁੰਚਣ ਤੇ ਐਡਵੋਕੇਟ ਸਰਬਜੋਤ ਸਿੰਘ ਨੇ ਆਪਣੇ ਪਿਤਾ ਐਡਵੋਕੇਟ ਪ੍ਰਭਜੋਤ ਸਿੰਘ ਦੇ ਨਾਲ ਹਵਾਈ ਅੱਡੇ ਤੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ, ਜਿੱਥੋਂ ਉਹ ਸਿੱਧਾ ਕੋਲਕਾਤਾ ਦੇ ਬੜਾ ਬਾਜ਼ਾਰ ਸਥਿਤ ਗੁਰਦੁਆਰਾ ਬੜੀ ਸਿੱਖ ਸੰਗਤ ਵਿਖੇ ਮੱਥਾ ਟੇਕਣ ਵਾਸਤੇ ਗਏ। ਇਹ ਇਤਿਹਾਸਿਕ ਗੁਰਦੁਆਰਾ ਉਹ ਪਾਵਨ ਅਸਥਾਨ ਹੈ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ 27 ਜੁਲਾਈ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਧ ਸੰਗਤ ਦੇ ਨਾਲ ਮਿਲ ਕੇ 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ। ਸਰਦਾਰ ਦਰਦੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਇੱਥੇ ਹਾਜ਼ਰ ਹੋਏ ਸਨ। ਉਹਨਾਂ ਨੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦੇ ਉੱਪਰ ਵਿਸਥਾਰ ਦੇ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਇੱਕ ਨਿਵੇਕਲੀ ਮਿਸਾਲ ਕਾਇਮ ਕਰਨ ਵਾਲੇ ਮਹਾਨ ਅਵਤਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਨਾਲ ਸਰਸ਼ਾਰ ਹੋਈ ਇਸ ਪਵਿੱਤਰ ਧਰਤੀ ਉੱਤੇ ਵਾਹਿਗੁਰੂ ਦੇ ਦਰਬਾਰ ਵਿੱਚ ਜਿੱਥੇ ਸੱਚਖੰਡ ਦਾ ਵਰਤਾਰਾ ਵਧ ਰਿਹਾ ਹੈ, ਜੁੜੇ ਹੋਏ ਗੁਰੂ ਗ੍ਰੰਥ ਸਾਹਿਬ ਸੰਗਤ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਮੈਂ ਕਹਿ ਦੇਵਾਂ ਕਿ ਅੱਜ ਸੰਗਤ ਵਿੱਚ ਗੁਰੂ ਨਾਨਕ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਆਪ ਬਿਰਾਜਮਾਨ ਹੋ ਕੇ ਸੰਗਤਾਂ ਉੱਤੇ ਮਿਹਰਾਂ ਦੀ ਵਰਖਾ ਕਰ ਰਹੇ ਹਨ, ਤਾਂ ਇਹ ਕੋਈ ਅਤਿਸ਼ਰੀ ਨਹੀਂ ਹੋਵੇਗੀ। ਕਿਉਂਕਿ ਤੁਸੀਂ ਸਾਰੇ ਗੁਰਬਾਣੀ ਦਾ ਇਲਾਹੀ ਕੀਰਤਨ ਸੁਣ ਰਹੇ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਪਾਠ ਕਰਕੇ ਜੋ ਤੁਹਾਨੂੰ ਤੱਤ ਸਾਰ ਸਮਝ ਆਵੇਗਾ, ਤੁਸੀਂ ਆਪਣੇ ਆਪ ਇਹ ਅਨੁਭਵ ਕਰਨ ਲੱਗ ਜਾਓਗੇ ਕਿ ਪਰਮੇਸ਼ਰ ਕੇ ਦੁਆਰਾ ਜੋ ਹੋਏ ਬਤੀਤਾ ਹੈ ਸੋ ਨਾਨਕ ਆਖਸਾ। ਇਸ ਉਪਰੰਤ ਉਹ ਦੱਖਣੀ ਕੋਲਕਾਤਾ ਦੇ ਇੱਕ ਹੋਰ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗਰਚਾ ਸਿੱਖ ਸੰਗਤ ਵਿਖੇ ਗਏ। ਇੱਥੇ ਸ੍ਰੀ ਗੁਰੂ ਸਿੰਘ ਸਭਾ ਦੇ ਕਮੇਟੀ ਮੈਂਬਰਾਂ ਵੱਲੋਂ ਇੱਕ ਦੀਵਾਨ ਸਜਾਇਆ ਗਿਆ ਸੀ। ਕਮੇਟੀ ਮੈਂਬਰਾਂ ਅਤੇ ਸਾਧ ਸੰਗਤ ਨੇ ਸਰਦਾਰ ਅਤੇ ਸਰਦਾਰਨੀ ਦਰਦੀ ਦਾ ਦਿਲੋਂ ਸਵਾਗਤ ਕੀਤਾ। ਇੱਥੋਂ ਉਹ ਸਾਰੇ ਗੁਰਦੁਆਰਾ ਬਹਿਲਾ ਸਾਹਿਬ ਗਏ। ਇੱਥੇ ਸਿੱਖ ਫੋਰਮ ਵੱਲੋਂ 8ਵਾਂ ਮਰਦਾਨਾ ਅੰਤਰ ਸਕੂਲ ਗੁਰਬਾਣੀ ਮੁਕਾਬਲਾ ਕਰਵਾਇਆ ਗਿਆ ਸੀ। ਗੁਰਦੁਆਰਾ ਬਹਿਲਾ ਸਾਹਿਬ ਦੇ ਕਮੇਟੀ ਮੈਂਬਰਾਂ ਦੇ ਨਾਲ ਨਾਲ ਸਿੱਖ ਫੋਰਮ ਦੇ ਮੈਂਬਰਾਂ ਨੇ ਵੀ ਸਰਦਾਰਨੀ ਅਤੇ ਸਰਦਾਰ ਦਰਦੀ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇੱਥੇ ਵੀ ਸਰਦਾਰ ਜਗਜੀਤ ਸਿੰਘ ਦਰਦੀ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੁਰਬਾਣੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੇਨੇ ਤੈਸਾ ਪੁੰਨ ਇੱਕ ਸਿੱਖ ਕੋ ਸ਼ਬਦ ਸਿਖਾਏਗਾ। ਇਹ ਇਤਨਾ ਕਮਾਲ ਦਾ ਉਦਮ ਜਿਸ ਬਖਸ਼ਿਸ਼ ਦੇ ਰਾਹੀਂ ਤੁਸੀਂ ਕੀਤਾ ਹੈ, ਇਸਦੇ ਜੋ ਰਿਜ਼ਲਟ ਹਨ ਉਹ ਬੜੇ ਦੂਰ ਰੱਸੀ ਹਨ।
ਕਿਸੇ ਦਿਵ ਦ੍ਰਿਸ਼ਟੀ ਵਾਲੇ, ਕਿਸੇ ਦੂਰ ਦ੍ਰਿਸ਼ਟੀ ਵਾਲੇ ਗੁਰੂ ਕੇ ਸਿੱਖ ਉੱਤੇ ਬਖਸ਼ਿਸ਼ ਹੋਈ, ਜਿਸ ਨੇ ਪ੍ਰੇਰਨਾ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਣੇ ਖਾਨਦਾਨ, ਆਪਣੇ ਵਿਰਸੇ ਅਤੇ ਆਪਣੀ ਵਿਰਾਸਤ ਉਸ ਨੂੰ ਬਚਾਉਣ ਲਈ ਤੁਸੀਂ ਇਹ ਉੱਦਮ ਕੀਤਾ ਹੈ। ਬੱਚਿਆਂ ਨੂੰ ਕੋਈ ਭਾਗਾਂ ਵਾਲਾ ਇਨਸਾਨ ਆਪਣੇ ਵਿਰਸੇ ਨਾਲ ਜੋੜ ਸਕਦਾ ਹੈ। ਜੀਵਨ ਨੂੰ ਸੁਖੀ ਸਫਲ ਬਣਾਉਣ ਲਈ ਅਸੀਂ ਆਪਣੇ ਬੱਚਿਆਂ ਨੂੰ ਗੁਰਮਤ ਦੇ ਗਾਡੀ ਮਾਰਗ ਉੱਤੇ ਚਲਾਉਣ ਲਈ ਯਤਨਸ਼ੀਲ ਹੁੰਦੇ ਹਾਂ। ਇਹ ਕਲਕੱਤੇ ਦੀ ਸਿੱਖ ਸੰਗਤ ਅਤੇ ਖਾਲਸਾ ਪੰਥ ਨਾਲ ਕਲਕੱਤੇ ਦੇ ਸਿੱਖਾਂ ਦਾ ਜੁੜਿਆ ਹੋਇਆ ਇਤਿਹਾਸ, ਅੱਜ ਗੁਰਦੁਆਰਾ ਸਿੱਖ ਸੰਗਤ ਬਿਹਾਲਾ ਵੱਲੋਂ ਦੁਹਰਾਇਆ ਜਾ ਰਿਹਾ ਹੈ। ਹਿਸਟਰੀ ਹਮੇਸ਼ਾ ਰਿਪੀਟ ਹੁੰਦੀ ਹੈ, ਲੇਕਿਨ ਜਿਸ ਸੁੰਦਰ ਢੰਗ ਨਾਲ ਤੁਸੀਂ ਸਿੱਖ ਹਿਸਟਰੀ ਨੂੰ ਰਿਪੀਟ ਕਰ ਰਹੇ ਹੋ, ਉਸ ਦੀ ਇੱਕ ਮੈਗਨੈਟਿਕ ਪਾਵਰ ਸੀ ਜਿਸ ਨਾਲ ਅਸੀਂ ਖਿੱਚੇ ਹੋਏ ਤੁਹਾਡੇ ਕੋਲ ਪਹੁੰਚੇ ਹਾਂ। ਜੋ ਇੱਥੇ ਬਾਣੀ ਪੜ੍ਹੀ ਜਾ ਰਹੀ ਹੈ ਜਾਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਇਹ ਵਾਹਿਗੁਰੂ ਦੇ ਦਰਬਾਰ ਵਿੱਚ ਵਰਤ ਰਿਹਾ ਵਰਤਾਰਾ ਹੈ, ਕਿਉਂਕਿ ਪਰਮੇਸ਼ਰ ਕੇ ਦੁਆਰਾ ਜੋ ਹੋਏ ਬਤੀਤਾ ਹੈ ਸੋ ਨਾਨਕ ਆਖ ਸੁਣਾਵੈ। ਗੁਰੂ ਨਾਨਕ ਪਾਤਸ਼ਾਹ ਕੋਈ ਹੋਰ ਗੱਲ ਨਹੀਂ ਸੁਣਾ ਰਹੇ, ਗੁਰਬਾਣੀ ਵਿੱਚ ਅਸੀਂ ਜੋ ਕੁਛ ਵੀ ਸੁਣ ਰਹੇ ਹਾਂ ਉਹ ਜੋ ਵਾਹਿਗੁਰੂ ਦੇ ਦਰਬਾਰ ਵਿੱਚ ਵਰਤਾਰਾ ਵਰਤ ਰਿਹਾ ਹੈ ਉਹੀ ਸਤਿਗੁਰੂ ਸਾਨੂੰ ਸੁਣਾ ਕੇ ਸਾਨੂੰ ਦ੍ਰਿੜ ਕਰਵਾ ਰਹੇ ਹਨ, ਦਿਖਾ ਰਹੇ ਹਨ। ਹਰ ਕੇ ਦੁਆਰਾ ਵਰਤਿਆ ਸੋ ਨਾਨਕ ਆਖ ਸੁਣਾਇਆ, ਗੁਰੂ ਨਾਨਕ ਪਾਤਸ਼ਾਹ ਉਹੀ ਸੁਣਾ ਰਹੇ ਹਨ, ਕੁਛ ਹੋਰ ਨਹੀਂ ਸੁਣਾ ਰਹੇ ਜੋ ਵਾਹਿਗੁਰੂ ਦੇ ਦਰਬਾਰ ਵਿੱਚ ਵਰਤ ਰਿਹਾ ਹੈ। ਅਤੇ ਕੋਈ ਦੁਨੀਆਂ ਦਾ ਤੁਹਾਨੂੰ ਐਸਾ ਇਨਸਾਨ ਨਹੀਂ ਮਿਲੇਗਾ ਜਿਸ ਨੂੰ ਵਾਹਿਗੁਰੂ ਨਾਲ ਗੱਲਾਂ ਕਰਨ ਦਾ ਸੁਭਾਗ ਮਿਲ ਜਾਏ। ਇਹ ਸੁਭਾਗ ਮਿਲਿਆ ਗੁਰੂ ਨਾਨਕ ਦੇ ਸਿੱਖ ਨੂੰ। ਹਰ ਨਾਮ ਹੈ ਨਾਲ ਗੱਲਾਂ, ਹਰ ਨਾਮ ਹੈ ਨਾਲ।